Hello to all, welcome back to our channel We Are Knowledge. ਆਪਾਂ ਰੋਜ਼ ਡੇਲੀ ਵਕੈਬ ਕਰ ਰਹੇ ਹਾਂ ਵਰਡਸ। ਅੱਛਾ, ਕੱਲ੍ਹ ਆਪਾਂ ਵਰਡਸ ਕੀਤੇ ਸੀਗੇ ਜੀ, ਉਹੀ ਉਸ ਤੋਂ ਬਾਅਦ ਨੈਕਸਟ ਵਰਡ ਸ਼ੁਰੂ ਕਰਨੇ ਆਪਾਂ। ਪਹਿਲਾਂ ਯਾਦ ਨਾਲ ਸਬਸਕ੍ਰਾਈਬ ਕਰੋ ਜੀ ਵੀ ਆਰ ਨੌਲੇਜ ਨੂੰ, ਯੂਟਿਊਬ 'ਤੇ ਫੋਲੋ ਕਰੋ, ਇੰਸਟਾਗ੍ਰਾਮ 'ਤੇ। ਯਾਦ ਨਾਲ ਕੱਲ੍ਹ ਜਿਹੜੀ ਵੀਡੀਓ ਕੀਤੀ ਸੀ ਉਹ ਜ਼ਰੂਰ ਦੇਖ ਲਿਓ, ਤੁਹਾਨੂੰ ਪਤਾ ਲੱਗ ਜੂ ਕਿਸ ਤਰੀਕੇ ਨਾਲ ਕਰਦੇ ਹਾਂ ਆਪਾਂ ਵੀਡੀਓਜ਼ ਨੂੰ ਅਤੇ ਵਰਡਸ ਨੂੰ, ਕਿਉਂਕਿ ਵਰਡਸ ਬਹੁਤ ਹੀ ਆਸਾਨ ਹੁੰਦੇ ਨੇ ਪਰ ਪੜ੍ਹਦੇ ਤਰੀਕੇ ਦੇ ਨਾਲ ਹੀ। ਹੁਣ ਆਪਾਂ ਟੈਕਨੀਕ ਦੇ ਨਾਲ ਵਧੀਆ ਸਟੋਰੀਜ਼ ਦੇ ਨਾਲ ਅਤੇ ਮਜ਼ੇ ਨਾਲ ਕਰਾਂਗੇ। ਮਜ਼ੇਦਾਰ ਐਂ ਵੀ ਸਟੋਰੀਜ਼ ਹੋਣਗੀਆਂ ਆਪਣੇ ਕੋਲ ਜਿਹੜੀਆਂ ਕਿ ਕਾਫੀ ਫਨੀ ਹੋਣਗੀਆਂ ਜਾਂ ਸਮਝਣ ਵਾਲੀਆਂ ਹੋਣਗੀਆਂ, ਅਤੇ ਉਹਦੇ ਨਾਲ ਯਾਦ ਰਹਿ ਜਾਣਗੇ ਆਪਾਂ ਨੂੰ ਵਰਡਸ। ਜਿਵੇਂ ਕਿ ਆਪਾਂ ਲਾਸਟ ਕੱਲ੍ਹ ਕੀਤੇ ਸੀ ਵਰਡਸ ਇਹ ਵਾਲੇ, ਜਿਸ 'ਚ ਪਹਿਲਾ ਵਰਡ ਸੀ ਅਬੋਹਰ, ਫਿਰ ਐਰੋਗੈਂਟ ਕੀਤਾ ਸੀ, ਅਪਲੋਡ ਕੀਤਾ, ਅਮੇਟੀ ਅਤੇ ਐਕਟ, ਇਹ ਸਾਰਿਆਂ ਦੀ ਸਟੋਰੀਜ਼ ਵਾਂਗੂ ਆਪਾਂ ਤਾਂ ਸਮਝਾਇਆ ਸੀਗਾ। ਅੱਜ ਆਪਾਂ ਜਿਹੜੇ ਵਰਡਸ ਕਰਨ ਜਾ ਰਹੇ ਹਾਂ ਉਹ 'ਚ ਸਭ ਤੋਂ ਪਹਿਲਾ ਵਰਡ ਹੈਗਾ ਐਮੀਕੇਬਲ। ਐਮੀਕੇਬਲ ਜਿਹੜਾ ਵਰਡ ਹੈ ਇਹਨੂੰ ਆਪਾਂ ਸਮਝਣ ਲਈ ਜਾਂ ਯਾਦ ਰੱਖਣ ਲਈ ਕਿ ਇੱਕ ਸਟੋਰੀ ਰੱਖਾਂਗੇ। ਸਟੋਰੀ ਕੀ ਹੋਊਗੀ ਕਿ ਇਹਨੂੰ ਐਂ ਸਮਝਦੇ ਹਾਂ ਕਿ AMI ਜਿਹੜਾ ਐਮੀ ਵਰਕ ਹੈ ਉਹ ਕੇਬਲ TV 'ਤੇ ਆ ਰਿਹਾ ਸੀਗਾ। ਐਮੀ ਵਰਕ ਅੰਮੀ ਯਾਦ ਰੱਖਣ ਵਾਸਤੇ ਹੈ ਤੁਹਾਨੂੰ, ਐਮੀ ਵਰਕ ਕੇਬਲ TV 'ਤੇ ਆ ਰਿਹਾ ਸੀ। ਉਹਦੇ 'ਤੇ ਜਿਹੜਾ ਗਾਣਾ ਆ ਰਿਹਾ ਸੀ ਨਾ ਉਹਦਾ, ਉਹ ਆ ਰਿਹਾ ਸੀ ਜਿੰਦਾਬਾਦ ਰਹਿਣ ਵੇਲੋ ਯਾਰੀਆਂ, ਉਹ ਜਿਹੜਾ ਇਹੋ ਜਿਹਾ ਗਾਣਾ ਜੀ ਉਹ ਆ ਰਿਹਾ ਸੀ। ਉਹਦੇ ਵਿੱਚ ਜਿਹੜੇ ਯਾਰੀਆਂ ਨੂੰ ਜ਼ਿਕਰ ਕੀਤਾ ਜਾਂਦਾ ਕਿ ਉਹ ਸਾਰੇ ਫਰੈਂਡਸ ਸੀ ਉਹਦੇ, ਉਹ ਫਰੈਂਡਸ ਦੇ ਨਾਲ ਹੀ ਆਪਾਂ ਵਰਡ ਦਾ ਮੀਨਿੰਗ ਸਮਝ ਲਾਂਗੇ ਕੀ ਹੋਊਗਾ ਕਿ ਐਮੀ ਵਿਰਕ ਨੇ ਕੇਬਲ TV 'ਤੇ ਜਿਹੜਾ ਗਾਣਾ ਗਾਇਆ ਉਹ ਗਾਣੇ ਵਿੱਚ ਯਾਰਾਨਾ ਜਾਂ ਕੀ ਹੈ ਜਿੰਦਾਬਾਦ ਯਾਰੀਆਂ ਦੀ ਗੱਲ ਕਰ ਰਿਹਾ ਸੀਗਾ। ਤਾਂ ਯਾਰੀਆਂ ਦੀ ਗੱਲ ਕਰਦਾ ਤਾਂ ਇੰਗਲਿਸ਼ 'ਚ ਕੀ ਹੁੰਦੇ ਨੇ ਫਰੈਂਡ, ਤਾਂ ਫਰੈਂਡਲੀ ਹੋ ਗਿਆ ਮੀਨਿੰਗ ਉਹਦਾ ਐਮੀਕੇਬਲ ਫਰੈਂਡਲੀ। ਲਓ ਜੀ ਸੌਖਾ ਹੈ ਕੰਮ ਜੀ, ਪਹਿਲਾ ਵਰਡ ਹੋ ਗਿਆ ਐਮੀਕੇਬਲ ਫਰੈਂਡਲੀ। ਅੱਛਾ, ਅਗਰ ਜੇ ਆਪਾਂ ਨੂੰ ਇਹਦਾ ਸੈਂਟੈਂਸ ਬਣਾਉਣਾ ਪਵੇ ਤਾਂ ਆਪਾਂ ਕਿਸ ਤਰੀਕੇ ਦਾ ਬਣਾ ਸਕਦੇ ਹਾਂ, ਜਿਵੇਂ ਕਿ ਹਰਮਨਸ ਬਿਹੇਵੀਅਰ ਇਜ਼ ਵੈਰੀ ਐਮੀਕੇਬਲ, ਕਿ ਉਹ ਬਹੁਤ ਫਰੈਂਡਲੀ ਨੇਚਰ ਦੀ ਹੈ ਜਾਂ ਕੀ ਹੈ ਉਹਦਾ ਸੁਭਾਅ ਜਿਹੜਾ ਬਹੁਤ ਹੀ ਕੀ ਹੈ ਖੁੱਲ੍ਹੇ ਡੁੱਲੇ ਹਿਸਾਬ ਦਾ ਹੈ, ਜਿਵੇਂ ਫਰੈਂਕ ਕਹਿੰਦੇ ਨੇ ਉਹੀ ਸੇਮ ਕੀ ਹੈ ਫਰੈਂਡਲੀ ਹੈ, ਐਮੀਕੇਬਲ ਫਰੈਂਡਲੀ। ਚਲੋ ਜੀ ਨੈਕਸਟ ਵਰਡ ਕਰਦੇ ਹਾਂ ਜੀ ਐਕਸੈਂਟ। ਇਹ ਤਾਂ ਸੁਣਿਆ ਵੀ ਹੋਊ ਤੁਸੀਂ ਐਕਸੈਂਟ, ਵੈਸੇ ਇਹ ਕਾਉਂਡ ਗੱਡੀ ਵੀ ਆਉਂਦੀ ਹੈ ਏਸੈਂਟ, ਇਹ ਹੈਗਾ ਐਕਸੈਂਟ। ਐਕਸੈਂਟ ਜ਼ਿਆਦਾਤਰ ਕੀ ਹੈ ਜਦੋਂ ਕੋਈ ਬਾਹਰ ਦੇ ਲੋਕ ਅਮੈਰੀਕਾ ਵਾਲੇ ਬੋਲਦੇ ਨੇ ਆਪਦੇ ਅਲੱਗ ਤਰੀਕੇ ਦੇ ਨਾਲ, ਬ੍ਰਿਟਿਸ਼ ਵਾਲੇ ਜਾਂ ਯੂਕੇ ਵਾਲੇ ਅਲੱਗ ਤਰੀਕੇ ਨਾਲ ਬੋਲਦੇ ਨੇ, ਇੰਡੀਆ ਵਾਲੇ ਤਾਂ ਜਮਾਂ ਹੀ ਅਲੱਗ ਬੋਲਦੇ ਨੇ, ਪੰਜਾਬੀ ਜਾਂ ਦਾ ਜਮਾਂ ਹੀ ਸਿਰਾਲਾ ਕੰਮ ਹੈ। ਅੱਛਾ, ਉਵੇਂ ਹੈ ਐਕਸੈਂਟ ਦਾ ਮਤਲਬ ਕੀ ਹੋਊਗਾ ਬੋਲੀ, ਬੋਲ ਕਿਵੇਂ ਰਹੇ ਨੇ ਉਹ, ਕਿਸ ਤਰੀਕੇ ਦੀ ਭਾਸ਼ਾ ਨੂੰ ਬੋਲ ਰਹੇ ਨੇ। ਭਾਸ਼ਾ ਜਿਵੇਂ ਕੋਈ ਵੀ ਹੋਈ, ਪੰਜਾਬੀ ਵੀ ਹੋਈ, ਕਿਉਂਕਿ ਪੰਜਾਬੀ 'ਚ ਦੇਖਿਆ ਗਿਆ ਮਾਝਾ ਦੁਆਬਾ ਅਲੱਗ ਅਲੱਗ ਤਰੀਕੇ ਨਾਲ ਬੋਲੇ ਜਾਂਦੀ ਹੈ, ਉਹ ਬੋਲੇ ਜਾਣ ਦੇ ਤਰੀਕੇ ਨੂੰ ਇੰਗਲਿਸ਼ ਕਹਿੰਦੇ ਨੇ ਐਕਸੈਂਟ। ਤਾਂ ਉਹਦਾ ਮੀਨਿੰਗ ਕੀ ਹੋਜੂਗਾ, ਬੋਲ ਅਲੱਗ ਅਲੱਗ ਤਰੀਕੇ ਨਾਲ ਬੋਲੀ ਜਾਂਦੀ ਹੈ, ਉਹ ਬੋਲੇ ਜਾਣ ਦੇ ਤਰੀਕੇ ਨੂੰ ਇੰਗਲਿਸ਼ ਕਹਿੰਦੇ ਨੇ ਐਕਸੈਂਟ। ਤਾਂ ਉਹਦਾ ਮੀਨਿੰਗ ਕੀ ਹੋਜੂਗਾ, ਬੋਲਦਾ ਕਿਵੇਂ ਪਿਆ ਉਹ, ਟੋਨ, ਠੀਕ ਹੈ, ਅਤੇ ਟੋਨ ਹੋ ਗਈ, ਪਿੱਚ ਹੋ ਗਈ, ਜਾਂ ਫਿਰ ਆਪਾਂ ਉਹਨੂੰ ਕਹਿ ਸਕਦੇ ਹਾਂ ਕਿਸ ਤਰ੍ਹਾਂ ਦਾ ਫੋਕਸ ਆ ਉਸ ਤਰੀਕੇ ਦਾ ਬੰਦੇ ਦਾ, ਜਾਂ ਸਟ੍ਰੈਸ ਕਿਵੇਂ ਆ, ਸਟ੍ਰੈਸ ਜ਼ੋਰ ਦੇ ਕੇ ਕਿਵੇਂ ਬੋਲਦਾ, ਫੋਕਸ ਕਿਸ ਤਰੀਕੇ ਨੂੰ ਚੈੱਕ ਕਰ ਰਿਹਾ ਵੀ ਬੋਲਣਾ ਕਿਵੇਂ ਹੈ, ਹੈ ਨਾ। ਇਹਦਾ ਦੋਨਾਂ ਦਾ ਮੀਨਿੰਗ ਅਲੱਗ ਵੀ ਹੈਗਾ, ਫੋਕਸ ਜਿਵੇਂ ਆਪਾਂ ਕਿਸ ਤਰੀਕੇ ਨਾਲ ਬੰਦਾ ਇੱਕ ਜ਼ੋਰ ਦੇ ਕੇ ਇਸ ਚੀਜ਼ 'ਤੇ ਫੋਕਸ ਦੇ ਕੇ ਕੰਮ ਕਰੀ ਜਾਂਦਾ, ਸਟ੍ਰੈਸ ਜ਼ੋਰ ਦੇ ਕੇ ਕੰਮ ਕਰਨਾ, ਐਕਸੈਂਟ ਟੋਨ ਪਿੱਚ ਫੋਕਸ ਸਟ੍ਰੈਸ। ਚਲੋ ਜੀ ਠੀਕ ਹੈ ਜੀ, ਨੈਕਸਟ ਵਰਡ ਹੈਗਾ ਆਪਣੇ ਕੋਲ ਅਕਾਰਡ। ਇਹ ਤੁਸੀਂ ਗੱਡੀ ਵੀ ਸੁਣੀ ਹੋਣੀ ਹੈ, ਅਕਾਰਡ ਗੱਡੀ ਹੈਗੀ ਹੈ ਜੀ। ਅੱਛਾ, ਇੱਕ ਕੀ ਹੋਇਆ, ਇੱਕ ਬੰਦੇ ਨੇ ਕਿ ਗੱਡੀ ਲੈਣੀ ਸੀਗੀ, ਯਾਦ ਰੱਖਣ ਵਾਸਤੇ ਕਰਾਂ ਗੱਲ ਇਹ ਕਿ ਇੱਕ ਬੰਦੇ ਨੇ ਗੱਡੀ ਲੈਣੀ ਸੀਗੀ, ਕਿਹੜੀ ਗੱਡੀ ਲੈਣੀ ਸੀ ਉਹਨੇ, ਅਕਾਰਡ। ਤਾਂ ਉਹ ਗੱਡੀ ਲੈਣ ਵਾਸਤੇ ਉਹਦੇ ਕੋਲ ਪੈਸੇ ਥੁੜ ਗਏ, ਤਾਂ ਉਹਨੇ ਕੀ ਹੈ ਦੁਕਾਨਦਾਰ ਦੇ ਨਾਲ ਇੱਕ ਐਗਰੀਮੈਂਟ ਕੀਤਾ ਕਿ ਯਾਰ ਅੱਧੇ ਪੈਸੇ ਲੈ ਲਾ ਅੱਧੇ ਬਾਅਦ 'ਚ ਲੈ ਲਈ। ਅੱਛਾ, ਉਹਦੇ ਨਾਲ ਐਗਰੀਮੈਂਟ ਕਰ ਲਿਆ ਕਿ ਅੱਧੇ ਪੈਸੇ ਲੈ ਲਾ ਅੱਧੇ ਬਾਅਦ 'ਚ ਲੈ ਲਈ, ਉਹੀ ਕੀ ਹੈ ਫਿਰ ਜਦੋਂ ਅੱਧੇ ਪੈਸੇ ਇਹਨੂੰ ਦੇ ਕੇ ਗੱਡੀ ਲੈ ਲਈ, ਇੱਕ ਵਾਰੀ ਆਪਾਂ ਅਕਾਰਡ ਗੱਡੀ ਲੈ ਲਈ ਐਗਰੀਮੈਂਟ 'ਤੇ, ਠੀਕ ਹੈ ਜੀ, ਅਕਾਰਡ ਲੈ ਲਈ ਗੱਡੀ ਐਗਰੀਮੈਂਟ 'ਤੇ ਲਿੱਤੀ, ਵੈਸੇ ਲਿੱਤੀ ਨਹੀਂ ਗਈ ਉਹਦੇ ਤੋਂ। ਅੱਛਾ, ਥੋੜ੍ਹੇ ਸਮੇਂ ਬਾਅਦ ਅਗਰ ਜੇ ਆਪਾਂ ਉੱਪਰ ਵਾਲਾ ਸੈਂਟੈਂਸ ਵੀ ਵਰਡ ਕਰਨਾ ਹੋਵੇ ਤਾਂ ਕੀ ਹੈ, ਅਕਾਰਡ ਗੱਡੀ ਲਿੱਤੀ ਐਗਰੀਮੈਂਟ 'ਤੇ, ਕੁਛ ਸਮੇਂ ਬਾਅਦ ਉਹ ਜਿਹੜਾ ਬੰਦੇ ਤੋਂ ਐਗਰੀਮੈਂਟ ਲਿੱਤਾ ਸੀ ਆਪਾਂ, ਉਹਦਾ ਐਕਸੈਂਟ ਚੇਂਜ ਹੋ ਗਿਆ,
ਉਹ ਟੋਨ ਅਲੱਗ ਵਿੱਚ ਬੋਲਣ ਲੱਗ ਗਿਆ। ਅੱਛਾ ਉਹ ਜਿਹੜਾ ਕੰਮ ਕਰਦਾ ਸੀ ਗੱਡੀਆਂ ਦਾ ਉਹ ਕਿਹੜੀ ਪਿੱਚ 'ਤੇ ਕੰਮ ਕਰਦਾ ਸੀ? ਕਹਿੰਦੇ ਉਹ ਪਿੱਚ 'ਤੇ ਹੁਣ ਕੀ ਆ, ਲੋ ਉੱਚੀ ਉੱਚੀ ਬੋਲੀ ਜਾਂਦਾ, ਉੱਚੀ ਉੱਚੀ ਟੋਨ ਦੇ ਵਿੱਚ ਬੋਲੀ ਜਾਂਦਾ। ਪਰ ਉਹਦੀ ਖਾਸੀਅਤ ਇਹ ਸੀਗੀ ਕਿ ਉਹ ਫੋਕਸ, ਜਦੋਂ ਵੀ ਕੰਮ ਕਰਦਾ ਸੀ ਫੋਕਸ ਦੇ ਨਾਲ ਕਰਦਾ ਸੀਗਾ, ਕਦੇ ਵੀ ਉਹ ਸਟ੍ਰੈਸ ਲੈ ਕੇ ਕੰਮ ਨਹੀਂ ਕਰਦਾ ਸੀਗਾ। ਲਓ ਜੀ, ਇਹ ਯਾਦ ਰੱਖਣ ਵਾਸਤੇ ਆਪਾਂ ਸਟੋਰੀ ਕੀਤੀ ਹੈ ਕਿ ਅਕੋਰਡ ਗੱਡੀ ਲਿੱਤੀ ਹੈ ਐਗਰੀਮੈਂਟ 'ਤੇ, ਤਾਂ ਜਿਹੜਾ ਐਗਰੀਮੈਂਟ ਜਿਹੜੇ ਬੰਦੇ ਨਾਲ ਕੀਤਾ ਉਹ ਬੰਦੇ ਨੇ, ਜਦੋਂ ਐਗਰੀਮੈਂਟ ਹੋਣ ਤੋਂ ਬਾਅਦ ਐਕਸੈਂਟ ਚੇਂਜ ਹੋ ਗਿਆ, ਟੋਨ ਚੇਂਜ ਹੋ ਗਈ, ਉਹ ਪਿੱਚ ਪਿੱਚ ਤਾਂ ਆਪਾਂ ਦੇਖੀਏ। ਇੱਕ ਤਾਂ ਹੁੰਦੇ ਆਵਾਜ਼ ਬੋਲਣ ਵਾਲੀ ਪਿੱਚ, ਇੱਕ ਪਿੱਚ ਆਪਾਂ ਜਿਹੜੀ ਕਹਿੰਦੇ ਕ੍ਰਿਕਟ ਦੀ ਪਿੱਚ, ਉਹ ਵਾਲੀ। ਇੱਥੇ ਜਾਣ ਕੇ ਸਮਝਿਆ ਆਪਾਂ ਕਰਾਂਗੇ ਪਿੱਚ 'ਤੇ ਖੁੱਲ੍ਹਾ ਡੁੱਲਾ ਹੋ ਕੇ ਉੱਚੀ ਉੱਚੀ ਬੋਲੀ ਜਾਂਦਾ ਸੀਗਾ। ਉਹਦਾ ਜਦੋਂ ਇੰਨੀ ਖਾਸੀਅਤ ਇਹ ਸੀ ਕਿ ਫੋਕਸ ਹੋ ਕੇ ਕੰਮ ਕਰਦਾ ਸੀ ਅਤੇ ਸਟ੍ਰੈਸ ਨਹੀਂ ਲੈਂਦਾ ਸੀਗਾ। ਚਲੋ, ਤਿੰਨ ਤਰ੍ਹਾਂ ਦੇ ਵਰਡ ਕਰ ਲਏ ਆਪਾਂ। ਚਲੋ ਇੱਕ ਹੋਰ ਕੱਢਦੇ ਹਾਂ। ਅਬੰਡੈਂਟ। ਅਬੰਡੈਂਟ ਕੀ ਹੋਊਗਾ? ਇਹਦਾ ਮੀਨਿੰਗ ਹੁੰਦਾ ਜ਼ਿਆਦਾਤਰ ਕਿ ਜਿਹੜੀ ਚੀਜ਼ ਕਾਫੀ ਹੈ, ਜ਼ਿਆਦਾ, ਜਿਵੇਂ ਕਿ ਕਹੀ ਦਿੰਦੇ ਨੇ ਪਲੈਂਟੀਫੁਲ, ਕਾਫੀ ਜ਼ਿਆਦਾ ਹੈ, ਜਾਂ ਸਫੀਸ਼ੈਂਟ ਜ਼ਿਆਦਾਤਰ ਕਹਿੰਦੇ ਹੁੰਦੇ ਆਪਾਂ। ਸਫੀਸ਼ੈਂਟ, ਇਹ ਵਰਡ ਜਿਹੜਾ ਹੈਗਾ ਸਫੀਸ਼ੈਂਟ ਅਤੇ ਪਲੈਂਟੀਫੁਲ, ਇਹਦਾ ਮੀਨਿੰਗ ਇਹੀ ਹੈ ਕਿ ਕਾਫੀ ਹੈਗਾ ਆਪਣੇ ਕੋਲ ਚੀਜ਼, ਠੀਕ ਹੈ। ਅਬੰਡੈਂਟ, ਪਲੈਂਟੀਫੁਲ ਜਾਂ ਸਫੀਸ਼ੈਂਟ, ਕਾਫੀ ਜ਼ਿਆਦਾ, ਵੀ ਤੇਰੇ ਕੋਲ ਇੰਨਾ ਜ਼ਿਆਦਾ ਹੈਗਾ। ਤਾਂ ਜਿਵੇਂ ਇੱਕ ਸੈਂਟੈਂਸ ਹੈਗਾ ਇਹਦਾ, ਜਿਵੇਂ ਕਿ ਸ਼ੀ ਹੈਜ਼ ਅਬੰਡੈਂਟ ਮਨੀ ਟੂ ਸਟੇ ਇਨ ਇੰਡੀਆ, ਉਹਦੇ ਕੋਲ ਕਾਫੀ ਪੈਸਾ ਹੈਗਾ ਕਿ ਉਹ ਇੰਡੀਆ ਦੇ ਵਿੱਚ ਹੀ ਰਹਿ ਸਕਦਾ, ਕਿ ਬਾਹਰ ਜਾ ਕੇ ਪੈਸਾ ਕਮਾਉਣ ਦੀ ਉਹਨੂੰ ਲੋੜ ਨਹੀਂ, ਠੀਕ ਹੈ। ਸੇਮ ਹੀ ਹੈ। ਚਲੋ ਜੀ, ਇਹ ਕੰਮ ਸੌਖਾ, ਅਬੰਡੈਂਟ, ਪਲੈਂਟੀਫੁਲ ਅਤੇ ਸਫੀਸ਼ੈਂਟ। ਚਲ ਇੱਕ ਲਾਸਟ ਵਰਡ ਹੈ ਜੀ ਆਪਣੇ ਕੋਲ, ਫਿਫਥ, ਇਹਦੇ ਵਰਗਾ ਸੇਮ ਹੀ ਰਲਦਾ ਮਿਲਦਾ। ਲਓ ਜੀ, ਇਹਦੇ ਵਿੱਚ ਆਹ ਵੱਖਰ ਨੂੰ ਆਪਾਂ ਯਾਦ ਕਰਨ ਵਾਸਤੇ ਥੋੜ੍ਹਾ ਜਿਹਾ ਟਰਕੀਆਂ ਦਿਮਾਗ ਲਾਉਂਦੇ ਹਾਂ ਕਿ ਇੱਕ ਡੌਨ ਸੀ ਜਿਹਨੂੰ ਬੈਨ ਲਾਤਾ, ਇੱਕ ਡੌਨ ਸੀ ਜਿਹਦੇ ਉੱਤੇ ਬੈਨ ਲਗਾ ਤਾ। ਜਦੋਂ ਕਿਸੇ ਬੰਦੇ ਉੱਤੇ ਬੈਨ ਲਗਾ ਦਿੱਤਾ ਜਾਵੇ ਫਿਰ ਉਹ ਕੰਮ ਕਾਰ ਕਰਨ ਜੋਗੇ ਤਾਂ ਰਹਿੰਦਾ ਨਹੀਂ ਗਾ, ਤਾਂ ਫਿਰ ਉਹਦਾ ਕੀ ਹੋ ਗਿਆ, ਮਤਲਬ ਉਹਨੇ ਆਪਦਾ ਕਾਰੋਬਾਰ ਗੁੰਡਾਗਰਦੀ ਵਾਲਾ ਲੀਵ ਕਰਤਾ, ਛੱਡਤਾ, ਠੀਕ ਹੈ। ਕਹਿੰਦਾ ਯਾਰ ਛੱਡ, ਹੁਣ ਨਹੀਂ ਕੰਮ ਕਰਨਾ। ਉਹਨੇ ਕੀ ਕਰਤਾ, ਗਿਵ ਅਪ ਕਰਤਾ, ਕਹਿੰਦਾ ਨਾ ਯਾਰ ਹੁਣ ਨਹੀਂ ਕੰਮ ਕਰਨਾ ਇਹੋ ਜਿਹਾ, ਬਸ। ਅੱਛਾ, ਜਦੋਂ ਇਹੋ ਜਿਹੇ ਦੋ ਕਰਤੇ ਫਿਰ ਆਪਾਂ ਜ਼ਿਆਦਾ ਵਧੀਆ ਲੇਖਰ ਕਰ ਲਈਏ, ਸ਼ਨ ਕੰਮ ਹੀ ਬੰਦ ਕਰਤਾ ਉਹਨੇ, ਸ਼ਨ ਮਤਲਬ ਹੀ ਹੁੰਦਾ ਲੀਵ ਕਰ ਦੇਣਾ। ਇੱਕ ਹੋਰ ਹੁੰਦਾ ਜੀ ਸਾਡੇ ਫੋਰ ਸੇਕ, ਫੋਰ ਸੇਕ ਕੰਮ ਛੱਡ ਦੇਣਾ ਜਾਂ ਲੀਵ ਕਰ ਦੇਣਾ ਕੁਛ। ਲਓ ਜੀ, ਅਬੰਡਨ, ਇੱਕ ਡੌਨ ਨੇ ਡੌਨ ਉੱਤੇ ਕੀ ਬੈਨ ਲਗਾਤਾ, ਮਤਲਬ ਉਹਨੇ ਆਪਦਾ ਕੰਮ ਛੱਡਤਾ, ਗਿਵ ਅਪ ਕਰਤਾ, ਸ਼ਨ ਕਰਤਾ, ਫੋਰ ਸੇਕ ਕਰਤਾ। ਲਓ ਜੀ, ਵਰਡ ਕਰ ਲਏ ਆਪਾਂ, ਜਿਹੜੇ ਕਿ ਪੰਜ ਸੀਗੇ, ਉਹ ਵੀ ਐਡੀ ਵਧੀ ਸਟੋਰੀ ਇਹਦੇ ਨਾਲ, ਜਿਵੇਂ ਕਿ ਐਮੀਕੇਬਲ, ਫਰੈਂਡਲੀ ਹੁੰਦਾ, ਐਕਸੈਂਟ ਹੋ ਗਿਆ, ਟੋਨ, ਪਿੱਚ, ਫੋਕਸ, ਸਟ੍ਰੈਸ, ਅਕੋਰਡ, ਐਗਰੀਮੈਂਟ ਹੋ ਗਿਆ ਕੋਈ, ਅਬੰਡੈਂਟ, ਪਲੈਂਟੀਫੁਲ ਅਤੇ ਅਸਫੀਸ਼ੈਂਟ। ਅਬੰਡੈਂਟ, ਪਲੈਂਟੀਫੁਲ, ਸਫੀਸ਼ੈਂਟ, ਅਬੰਡਨ, ਇਹ ਹੋ ਗਿਆ ਲੀਵ, ਗਿਵ ਅਪ, ਸ਼ਨ, ਫੋਰ ਸੇਕ। ਲਓ ਜੀ, ਪੰਜ ਵਰਡ ਹੋ ਗਏ ਵੀ ਐਡੇ ਵਧੀਆ ਤਰੀਕੇ ਦੇ ਨਾਲ। ਚਲੋ, ਨੈਕਸਟ ਵੀਡੀਓ ਤੋਂ ਮਿਲਦੇ ਵਿੱਚ ਮਿਲਦੇ ਹਾਂ ਆਪਾਂ, ਉਹ 'ਚ ਨਵੇਂ ਵਰਡਸ ਕਰਾਂਗੇ। ਲਾਸਟ ਵੀਡੀਓ ਦੇਖਣੀ ਭੁੱਲੇ ਹੋਣਾ, ਕਿਉਂਕਿ ਲਾਸਟ ਵੀਡੀਓ ਵਿੱਚ ਆਪਾਂ ਵਰਡਸ ਜਿਹੜੇ ਕੀਤੇ ਨੇ ਕਾਫੀ ਖਾਸ ਨੇ, ਨਾਲ ਨਵੀਂ ਨਵੀਂ ਸਟੋਰੀਆਂ ਤੁਹਾਨੂੰ ਪਤਾ ਲੱਗਣੀਆਂ ਚਾਹੀਦੀਆਂ ਨੇ। ਚਲੋ, ਯਾਦ ਨਾਲ ਸਬਸਕ੍ਰਾਈਬ ਕਰੋ ਯੂਟਿਊਬ 'ਤੇ ਵੀ ਆਰ ਨੌਲੇਜ ਨੂੰ, ਇੰਸਟਾਗ੍ਰਾਮ 'ਤੇ ਵੀ ਕੀ ਹੈ ਤੁਸੀਂ ਪੋਸਟਾਂ ਚੈੱਕ ਕਰ ਸਕਦੇ ਹੋ, ਐਂਡ ਵਟਸਐਪ 'ਤੇ ਵੀ ਹੈਗੇ ਆ, ਆਪਾਂ ਵਟਸਐਪ 'ਤੇ ਵੀ ਚੈੱਕ ਕਰ ਲਿਓ। ਗਰੁੱਪ ਦੇ 'ਚ ਐਡ ਹੋਣਾ ਹੋਵੇ ਕੋਈ ਬੰਦਾ ਨਹੀਂ ਚਲਾਉਂਦਾ, ਜਿਵੇਂ ਕਿ ਇੰਸਟਾਗ੍ਰਾਮ, ਤਾਂ ਉਹ ਕੀ ਹੈ ਵਟਸਐਪ 'ਤੇ ਹੋ ਸਕਦਾ ਕਿ ਫੀਮੇਲ ਦਾ ਅਲੱਗ ਗਰੁੱਪ ਚੱਲਦਾ ਅਤੇ ਮੇਲਸ ਦਾ ਅਲੱਗ ਚੱਲਦਾ, ਆਪਦਾ ਵਧੀਆ ਪੜ੍ਹ ਸਕਦੇ ਤੁਸੀਂ।